ਆਰਗੇਨਾਈਜੇਸ਼ਨ ਆਰਤੀ ਜਥੇਬੰਦੀ ਹੈ, ਜਿੰਨੀਆਂ ਵੀ ਜਥੇਬੰਦੀਆਂ ਇਸ ਜੰਗ ਵਿੱਚ ਇਕੱਠੀਆਂ ਸਹਿਯੋਗ ਦੇ ਰਹੀਆਂ, ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਪਾਂ ਇੱਕ ਝੰਡੇ ਥੱਲੇ ਇਕੱਠੇ ਹੋਈਏ। ਉਹ ਝੰਡਾ ਅਕਾਲੀ ਦਲ ਦਾ ਨਹੀਂ, ਅਸੀਂ ਕਹਿ ਰਹੇ ਕੋਈ ਮਰਜ਼ੀ ਤੁਸੀਂ ਕਰ ਲਓ, ਅਸੀਂ ਤੁਹਾਡੇ ਮਗਰ ਲੱਗਣ ਨੂੰ ਤਿਆਰ ਹਾਂ। ਆਪਾਂ ਜੇ ਇਕੱਠੇ ਹੋ ਕੇ ਲੜਾਈ ਲੜਾਂਗੇ, ਕਾਮਯਾਬ ਹੋਵਾਂਗੇ। ਇੱਕ ਦੂਜੇ ਨੂੰ ਆਪਾਂ ਵਨ ਮੈਨ ਆਪਸ਼ਨ ਦਿਖਾਉਣ ਦਾ ਕੋਈ ਫਾਇਦਾ ਨਹੀਂ। ਅਸੀਂ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਵੱਡੀ ਜਥੇਬੰਦੀ ਕਿਸਾਨਾਂ ਦੀ ਪੰਜਾਬ 'ਚ ਜਾਂ ਪੂਰੇ ਦੇਸ਼ ਵਿੱਚ ਸਭ ਤੋਂ ਵੱਡੀ ਜਥੇਬੰਦੀ ਕਿਸਾਨਾਂ ਦੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਹਾ ਜਾਂਦਾ। ਤੋ ਇਸ ਕਰਕੇ ਫਿਰ ਵੀ ਅਸੀਂ ਪਿੱਛੇ ਲੱਗਣ ਨੂੰ ਤਿਆਰ ਹਾਂ। ਸਾਡੇ ਵਾਸਤੇ ਕੋਈ ਚੌਧਰ ਦੀ ਗੱਲ ਨਹੀਂ ਹੈ। ਮੈਂ ਆਹੀ ਬੇਨਤੀ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ, ਇਕੱਠੇ ਇੱਕ ਪਲੈਟਫਾਰਮ 'ਤੇ ਹੋ ਜਾਈਏ। ਨਿਸ਼ਾਨਾ ਭਾਵੇਂ ਤੁਸੀਂ 31 ਜਥੇਬੰਦੀ ਬਣਾਈ ਆ, 32 ਦਿੱਤੀ, ਅਸੀਂ ਵਾਇਲੈਂਟ ਵਾਰ ਕਿਸੇ ਨੂੰ, ਸਾਡਾ ਕੋਈ ਪੋਲੀਟੀਕਲ ਕੋਈ ਏਜੰਡਾ ਨਹੀਂ ਹੈ। ਆਪਣਾ ਮਿਸ਼ਨ ਹੋਣਾ ਚਾਹੀਦਾ ਕਿ ਤਾਂ ਜੇ ਆਪਾਂ ਇਕੱਠੇ ਹੋਵਾਂਗੇ ਸੈਂਟਰ ਚੁੱਕੂਗਾ ਹੀ ਚੁੱਕੂਗਾ, ਜੇ ਇਕੱਲੇ ਰਹੇ ਆਪਣਾ